ਚਿੱਤੇ ਨੇ ਬੰਦੇ ਨੰਗ ਗਏ ਹਾਂ ਇਹ ਮੁੰਡਾ ਵੀ ਵੜਵੜ ਜਾਊ ਪਿਓ ਦੇ ਤੰਬੂ ਚ ਵੜਨਾ ਮੇਰੇ ਪੈਸੇ ਵਾਪਸ ਕਰ ਦੇ ਮੇਰਾ ਨਹੀਂ ਇਰਾਦਾ ਸਿੰਗਰ ਲੱਗਦਾ ਮੈਨੂੰ ਸਿੰਗਰ ਮੈਂ ਬੜਾ ਕਮਜ਼ੋਰ ਕੁੜੀਏ ਤੇਰਾ ਵਜ਼ਨ ਜ਼ਿਆਦਾ ਜੇ ਤੂੰ ਮੇਰੇ ਉੱਤੇ ਡਿੱਗ ਗਈ ਇਹ ਪੱਪੂ ਤੇ ਮਰ ਮੁਰ ਜਾਊ ਭਾਈ ਤੁਹਾਨੂੰ ਕਿਸੇ ਨੇ ਦੱਸਿਆ ਸਾਡੇ ਘਰ ਨੂੰ ਆ ਕੌਣ ਕੰਮ ਕਰਦਾ ਲੰਘ ਗਈ ਨਹੀਂ ਦੇ ਮੋਟੀ ਉਹ ਮੋਟੀ ਔਰਤ ਕੌਣ ਹੈ ਉਹ ਇੱਥੇ ਉਹ ਮੇਰੇ ਕੋ ਮਰ ਗਈ ਆ ਉਹ ਕਿਵੇਂ ਮੈਨੂੰ ਕਹਿੰਦੀ ਮਜ਼ਾ ਆਣਾ ਚਾਹੀਦਾ ਹਾਂ ਮੈਂ ਲੱਤਾਂ ਖੋਲ ਕੇ ਵਿੱਚ ਇੱਟ ਮਾਰ ਬੈਠਾ ਉੱਠ ਖੋਲ ਦੇ ਦੇ ਬੱਚੇ ਦਾ ਹਾਂਜੀ ਮੈਡਮ ਹਾਂਜੀ ਇਧਰ ਅੱਗੇ ਆ ਖਲੋਵੋ ਜਰਾ ਇਹ ਨਿਬਲ ਕੇ ਇੱਥੇ ਨਾ ਖਲੋਵੋ ਉਹਦੇ ਅੱਗੇ ਵੀ ਤਰੇ ਮੈਂ ਗਵਾਚ ਗਏ ਨੇ घर बड़ा बंद रश मैं घर जाके प्यो नू कहा बच्ची नू साथ लैन दे पुत्त चुप कर जा बिजली का बिल बथेरा ਮੇਰੀ ਗੱਲ ਸੁਣੋ ਸਰ ਹਾਂਜੀ ਐ ਮੇਰੀ ਮਸ਼ੂਕ ਆ ਪਿੰਡੋਂ ਬੜੀ ਮੁਸ਼ਕਲ ਮਨਾ ਮਨੂ ਕੇ ਲਿਆਇਆ ਐ ਜਗ੍ਹਾ ਚਾਹੀਦੀ ਕਿਤੇ ਜੀ ਐ ਤੁਹਾਡੀ ਮਸ਼ੂਕ ਹੈ ਜੀ ਜੀ ਨਹੀਂ ਜਗ੍ਹਾ ਚਾਹੀਦੀ ਹਾਂ ਜਗ੍ਹਾ ਚਾਹੀਦੀ ਕਾਦੇ ਵਾਸਤੇ ਇੱਥੋਂ ਕਿਸੇ ਨੂੰ ਕਹਿ ਵੇਖੀ ਕਿੰਨੇ ਜਣੇ ਦਿੰਦੇ ਉਹ ਨਕੱਤੀ ਮਾਂ ਦੇ ਬੱਚੇ ਮੈਂ ਤੁਹਾਡੇ ਘਰ ਆਇਆ ਹਾਂ ਤੇ ਕਿਹੜੀ ਗੱਲ ਸੁਣੀ ਹਾਂਜੀ ਮੈਂ ਰਿਸ਼ਤੇ ਕਿ ਨਹੀਂ ਆਈ ਹੂੰ ਅਗਰ ਕੋਈ ਅਮੀਰ ਤਰੀਨ ਕੋਈ ਆਦਮੀ ਹੈ ਤਾਂ ਬਤਾਏ ਅਮੀਰ ਤਰੀਨ ਉਹ ਇੱਥੇ ਸਾਰੇ ਅਮੀਰ ਤਰੀਨ ਬੈਠੇ ਨੇ ਤੇ ਗਰੀਬ ਕੌਣ ਹੈ ਸਭ ਤੋਂ ਮੀਰ ਦੇ ਮੇਰਾ ਚਾਚਾ ਹੈ ਤੁਸੀਂ ਆਰਡਰ ਲਾਓ ਸਹੀ ਇੱਕ ਵਾਰ ਤੁਸੀਂ ਹਾਂ ਕਰੋ ਤੇ ਸ਼ਾਦੀ ਕਰਨ ਨੂੰ ਬੜੇ ਤਿਆਰ ਲੱਗੇ ਫਿਰਦੇ ਨੇ ਹਾਂ ਵੇਖਿਆ ਜੇ ਨਾ ਤੁਸੀਂ ਮੈਂ ਸ਼ਾਦੀ ਕਿੱਥੇ ਕਰਨਾ ਚਾਹੁੰਦੇ ਹੋ ਇਹ ਤੁਹਾਨੂੰ ਕਦੋਂ ਦਾ ਇੱਕ ਬੰਦਾ ਕਹਿ ਰਿਹਾ ਕਿ ਲੁਹਾਰਾ ਨਾਲ ਸ਼ਾਦੀ ਕਰ ਲਓ ਹਾਂ ਉਸ ਭਰਾ ਦੀ ਕਿਉਂ ਨਹੀਂ ਮੰਨਦੇ ਇਹ ਦੂਜੀਆਂ ਸਾਰੀਆਂ ਕੌਮਾਂ ਸ਼ਾਦੀ ਕਰਨ ਦੇ ਹੋ ਇਹ ਲੁਹਾਰਾ ਦਾ ਬੜਾ ਫਾਇਦਾ ਜੇ ਆ ਯਕੀਨ ਕਰੋ ਕਰੋ ਇਹ ਤੇ ਰੰਦਾ ਹੀ ਬੜੇ ਰਮਾਨ ਨਾਲ ਲਾਉਂਦੇ ਨੇ ਇੰਜ ਕਰਕੇ ਤੀ नहीं है ਤੁਸੀਂ ਸ਼ਾਦੀ ਦੱਸੋ ਕਰਨੀ ਕਿੱਥੇ ਆ ਮੈਂ ਤਾਂ ਸ਼ਾਦੀ ਕਰੂੰਗੀ ਜੱਟੋਂ ਵਿੱਚ ਜੱਟਾਂ 'ਚ ਉਹ ਸੋਹਣੀਆਂ ਜੱਟ ਸ਼ਹਾਦੀ ਕੌਮਾ ਬੱਬਰ ਸ਼ੇਰ ਪੰਜ ਰਾਤ ਬੋਲਣਾ ਤੁਸੀਂ ਹੱਸਦੇ ਉਸਦੇ ਕੋਈ ਨਹੀਂ ਕੀ ਮਸਲਾ ਬਈ ਇਹਨਾਂ ਨੂੰ ਕੋਈ ਨਹੀਂ ਸਹਾ ਸਕਦਾ ਜਿਨ੍ਹਾਂ ਨਾਲ ਅੱਲਾ ਨੇ ਪਰੇਸ਼ਾਨ ਕੀਤਾ ਉਹਨਾਂ ਬੰਦਾ ਵੀ ਨਹੀਂ ਸਹਾ ਸਕਦਾ ਬਾਕੀ ਜੋ ਵੀ ਆ ਸ਼ਾਦੀ ਕਰਨੀ ਕਹਿੰਦਾ ਜੱਟਾਂ 'ਚ ਹਾਂ ਜੱਟ ਸੋਹਣੀਆਂ ਸ਼ਹਾਦੀ ਕੌਮਾ ਬੱਬਰ ਸ਼ੇਰ ਆ ਲੇਕਿਨ ਜੱਟਾਂ 'ਚ ਇੱਕ ਮਸਲਾ ਹੈ ਇਹ ਰੱਜੇ ਹੁਣ ਕੁੱਟਣ ਲੱਗ ਪੈਂਦੇ ਨੇ ਭੁੱਖੇ ਹੁੰਦੇ ਲੁੱਟਣ ਲੱਗ ਪੈਂਦੇ ਨੇ ਜੱਟਾਂ ਹੀ ਬੜੇ ਮਸਲੇ ਨੇ ਬਹਿ ਲੈਂਦੇ ਜ਼ਰਾ ਉਹ ਜੀ ਗੱਲ ਨਹੀਂ ਬਣਦੀ लेकिन ਯਕੀਨ ਕਰ 20 ਕਿਲੋ ਗੋਸ਼ ਫ੍ਰਿਜ ਪਿਆਵੇ ਰੋਟੀ ਫੇਰ ਵੀ ਕੰਡੇ ਨਾਲ ਨਿਕਾਣੀ ਓਏ ਹੋਰ ਕੀ ਬਰਾਦਰੀ ਵੇਖ ਲੈਣੀ ਆ ਬਰਾਦਰੀ ਨਹੀਂ ਕਰਨੀ ਫਿਰ ਸ਼ਾਦੀ ਨਹੀਂ ਨਹੀਂ ਸ਼ਾਦੀ ਕਿਤੇ ਕਰਵਾ ਕੇ ਚਲੋ ਫਿਰ ਮੈਂ ਸ਼ਾਦੀ ਕਰੂੰਗੀ ਬਟੋ ਬਟਾ ਜੀ ਬਟ ਪਛਾਣਨਾ ਮੁਸ਼ਕਲ ਕੰਮ ਨਹੀਂ ਨਾਲੇ ਗੁਜਰਾਂ ਵਿੱਚ ਬਟ ਬੜੇ ਨੇ ਬਟ ਨੂੰ ਪਛਾਣਨਾ ਵੇ ਸੋਹਣੀਆ ਬਾਹਰੋਂ 80 ਰੁਪਏ ਦਾ ਦਾਜ ਉਹਨੇ ਪਲੇਟ ਲੈ ਤੂੰ ਅੱਗੇ ਅੱਗੇ ਬਟ ਜੀਣਾ ਬਾਹਰ ਨੂੰ ਪਿੱਛੇ ਬਟ ਪਛਾਣਨਾ ਮੁਸ਼ਕਲ ਨਹੀਂ ਬਈ ਇੰਨੀ ਆ ਬਰਾਦਰੀ ਹੋਰ ਕਿਤੇ ਕਰ ਲਾ ਕੀ ਆ ਜਾ ਜਵਾਨ ਹਾਂ ਹੋਰ ਕਿਤੇ ਕਰ ਲਾ ਹੋਰ ਕਿਤੇ ਮੈਂ ਸ਼ਾਦੀ ਕਰਾਉਂਗੀ ਗੁਜਰੋਂ ਵਿੱਚ ਗੁਜਰਾ ਜੀ ਲਵੀ ਆਇਆ ਕੋ ਗੁਜਰ ਭਰਾ ਕੋਈ ਨਹੀਂ ਆ ਲੈ ਸੋਣੀ ਗੁਜਰਾ ਦੀ ਸ਼ਾਦੀ ਕਰ ਲਾਂਗੇ ਗੁਜਰਾ ਗੁਜਰ ਬੰਨਾ ਕੋ ਮੁਸ਼ਕਲ ਕੰਮ ਨਹੀਂ ਆ 15 ਦਿਨ ਨਾ ਨਾ ਗੁਜਰ ਤਿਆਰ ਹੋ ਜਾ ਹਾਂ ਹੋਰ ਤੇ ਬਰਾਦਰੀ ਵੇਖ ਨਹੀਂ ਆ ਬਰਾਦਰੀਆਂ ਮੈਂ ਕਮਿਆਰੋਂ ਵੀ ਸ਼ਾਦੀ ਕਰ ਕਮਿਆਰਾਂ ਜੀ ਹਾਂ ਕਮਿਆਰ ਵੀ ਸ਼ਹਾਦਿਆਂ ਨੇ ਯਕੀਨ ਨਾਲ ਭਾਂਡੇ ਭਰਾ ਭਰਾ ਮਰਨ ਵਾਲੇ ਹੋਏ ਹੁੰਦੇ ਆ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿਹੜੀ ਗੱਲ ਕਿੱਥੇ ਕਰਨੀ ਹੈ ਆਪਣੇ ਖੋਤੇ ਤੇ ਬਹਿ ਕੇ ਕਹਿੰਦੇ ਉਹ ਤੁਰ ਪਾ ਤੇਰੇ ਸਾਈ ਮਰਨ ਭਾਈ ਇਹਨਾਂ ਨੂੰ ਸਮਝ ਨਹੀਂ ਆਉਂਦੀ ਭਾਈ ਇੰਨੀਆਂ ਬਰਾਦਰੀ ਹੋਰ ਕੋਈ ਬਰਾਦਰੀ ਸੋਚ ਲੈ ਆਪਣੇ ਨਾਨਕੇ ਘਰ ਦੇ ਹੀਰਾ ਮੰਡੀ ਆ ਲਓ ਮੇਰਾ ਮਾਮੂ ਵੀ ਆਇਆ ਜੀ ਫਿਰ ਚੱਲ ਛੋਟੋ ਪਰੇ ਸ਼ਾਦੀ ਤੁਹਾਡੀ ਸੀ ਕਿਹਦੇ ਨਾਲ ਕਿਹੜੇ ਕਰਾ ਦਵਾਂਗੇ ਤੁਸੀਂ ਨਹੀਂ 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 ਹਾਂ
मैं ऐसा करती हूँ, शादी कर लेती हूँ जज से। जज ना, जज ना शादी करना सोनी तेन फायदा क्यों नहीं? क्यों? उन्हें पहली रात के ना जो कहेंगी सच कहेंगी तो वो सच के ना तू तलाक हो जानी। ऐसी भी कोई बात नहीं है। और नहीं सोनी शादी के मसले मसाइल ने बड़े, अगले पुछते ने गल्ला पुछते ने आ गुजरवाले ने सोनी शहजादे बाबे आ बाबे बब्बर शेर पढ़े लिखे किन्ना को डबल ही करना चाहिए, सोनी पहला तो जाना ही हो जाता मसाने च गर्मी होंगी है ना, आ दूसरे एमए जरा 15-20 मिनट लग जाते सवाल जवाब करिए टेंशन कोई नहीं जी पूछो चुप कर जाऊ दिल तो पागल दिल तो पागल मनु नहीं पता मैं हो नहीं वेखिया यकीन कर राती ना नेरे बच्चे ऐ मोड़ मुड़े ने चार बंदे वेख के मुसलमान हो इन्हों उन्होंने वेख के ला ला चलो शुक्र है किसी मुसलमान का हक दे रहा खैर जब मेरे भरावान बह रहे थे बहो बहो बब्बर शेर शहजादे भाई जिथे मर्जी बहुत सारिया दो दुख जानी अल्लाह ना करे सारे भरा मेरे नहीं नहीं उत्थे भी असं फ्रेंड ही होवे भाई की करते चलो चलो बैजो 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 अच्छा भैन दिल तो पागल है दो घड़िया रोके चुप कर जाओ अपने पिंड बसिया चके पहला बच्चे सोफे च होने इंतजाम करना चाहिए। अच्छा चाचा जी तुम बोलो ना तो बरादरी नग नहीं रहा चाचा ने कां खाधा अच्छा भैन मैं कह दिया ठीक है तो क्यों बार बार कहते हो लेकिन सिर्फ स्टार हो जो बच्चे मूंह नहीं वहे करके स्टार है।